ਸਤਿ ਸ਼੍ਰੀ ਅਕਾਲ ਜੀ, ਮੈਂ ਗੀਤਾ ਕੁਮਾਰੀ, ਸਰਪੰਚ ਪਿੰਡ ਟੱਟ, ਜ਼ਿਲ੍ਹਾ ਹੁਸ਼ਿਆਰਪੁਰ। ਮੈਂ ਪੂਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਪਿੰਡ ਦਾ ਸਰਪੰਚ ਬਣਾਇਆ, ਅਤੇ ਮੈਂ ਉਹਨਾਂ ਦੀ ਉਮੀਦਾਂ 'ਤੇ ਖਰਾ ਉਤਰਾਂਗੀ। ਮੈਂ ਸਰਕਾਰ ਕੋਲੋਂ ਵੱਧ ਤੋਂ ਵੱਧ ਗ੍ਰਾਂਟਾਂ ਲੈ ਕੇ ਅਤੇ ਵਿਦੇਸ਼ਾਂ 'ਚ ਜਿਹੜੇ NRI ਹੈ ਉਹਨਾਂ ਦੀ ਵੀ ਵੱਧ ਤੋਂ ਵੱਧ ਸਹਿਯੋਗ ਲੈ ਕੇ ਪਿੰਡ ਦਾ ਸੁਧਾਰ ਕਰਾਂਗੀ। ਅਤੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਆ ਉਹਨਾਂ ਤੋਂ ਵੀ ਮੈਂ ਮਦਦ ਦੀ ਗੁਹਾਰ ਲਗਾਵਾਂਗੀ ਕਿ ਉਹ ਮੇਰੇ ਪਿੰਡ ਨੂੰ ਸੁਧਾਰਨ ਵਿੱਚ ਮੇਰੀ ਮਦਦ ਕਰਨ। ਹੋਣ ਦੇ ਨਾਤੇ ਸਰਕਾਰ ਕੋਲੋਂ NRI ਅਤੇ ਪਤਵੰਤੇ ਸੱਜਣਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦਾ ਨਿਕਾਸ ਹੈ ਨਹੀਂ ਕੋਈ, ਨਾ ਕੋਈ ਛੱਪੜ ਬਣਾਉਣ ਨੂੰ ਜਗ੍ਹਾ ਹੈ, ਅਤੇ ਮੈਂ ਰਿਕੁਐਸਟ ਹੀ ਕਰਦੀ ਹਾਂ ਕਿ ਅਗਰ ਤੁਸੀਂ ਮਦਦ ਕਰੋ ਤਾਂ ਅਸੀਂ ਇਸ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਦੂਰ ਕਰ ਸਕੀਏ। ਮੇਰੀ ਇਹਨਾਂ ਸੱਜਣਾਂ ਨੂੰ ਰਿਕੁਐਸਟ ਹੈ ਕਿ ਅਸੀਂ ਮੁੱਲ ਲੈ ਕੇ ਥਾਂ ਪਾਣੀ ਦੇ ਨਿਕਾਸ ਦੀ ਕੋਈ ਵੀ ਮਤਲਬ ਸਮੱਸਿਆ ਦੂਰ ਕਰੀਏ। ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ ਜਾਂ ਵਿਧਵਾ ਪੈਨਸ਼ਨ ਜੋ ਵੀ ਆ, ਇੰਨੀ ਕੁ ਹੋਵੇ ਕਿ ਅਗਲੇ ਬੰਦੇ ਦਾ ਗੁਜ਼ਾਰਾ ਹੋ ਸਕੇ, ਦੂਸਰੇ ਦੇ ਹੱਥਾਂ ਵੱਲ ਨੂੰ ਦੇਖਣ ਦੀ ਲੋੜ ਨਾ ਪਵੇ। ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਵਾਅਦੇ ਉਹ ਕਰਦੇ ਆ ਵੋਟਾਂ ਦੇ ਲਈ, ਠੀਕ ਹੈ ਨਾ, ਉਹਨਾਂ ਵਾਅਦਿਆਂ 'ਤੇ ਖਰਾ ਉਤਰਨ ਤਾਂ ਜੋ ਅੱਗੇ ਵੀ ਵੋਟ ਲੈ ਸਕਣ। ਮਹਿੰਗਾਈ ਘੱਟ ਕਰਨ ਬਾਰੇ ਕਹਿੰਦੇ ਸੀ, ਪੈਨਸ਼ਨ ਵਧਾਉਣ ਬਾਰੇ, ਬੇਰੋਜ਼ਗਾਰੀ ਬਾਰੇ, ਹਰ ਘਰ ਨੌਕਰੀ ਦੇਵਾਂਗੇ, ਕੋਈ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਹੈ। ਤਾਂ ਮੈਂ ਇਹ ਚਾਹਾਂਗੀ ਅਗਰ ਵੋਟ ਅੱਗੇ ਤੋਂ ਲੈਣੀ ਆ ਜਾਂ ਕੁਛ ਵੀ ਹੈ ਤਾਂ ਉਹ ਪਲੀਜ਼ ਆਪਣੇ ਪਹਿਲੇ ਵਾਅਦੇ ਪੂਰੇ ਕਰਨ, ਠੀਕ ਹੈ ਨਾ, ਤਾਂ ਫਿਰ ਵੋਟ ਦੀ ਆਸ ਰੱਖਣ ਸਾਡੇ ਕੋਲੋਂ।